ਜਿਹੜਾ ਅੰਦੋਲਨ ਚੱਲਣਾ ਹੁਣ ਮੰਗਾ ਵਾਸਤੇ ਚਾਹੇ ਉਹ ਪੰਜਾਬ ਸਰਕਾਰ ਨਾਲ ਹੋਵੇ ਚਾਹੇ ਕੇਂਦਰ ਸਰਕਾਰ ਨਾਲ ਹੋਵੇ ਤੁਹਾਨੂੰ ਇੱਕ ਮੰਚ ਦੇ ਉੱਤੇ ਸਾਰੇ ਨਜ਼ਰ ਆਉਣ ਰਾਜਪਾਲ ਵੱਲੋਂ ਸੱਦਾ ਆ ਗਿਆ ਭਈ ਅਸੀਂ ਤੁਸੀਂ ਆਓ ਤੇ ਤੁਹਾਡਾ ਜਿਹੜਾ ਮੰਗਾਂ ਦਾ ਚਾਟਰ ਤੁਹਾਡੇ ਕੋਲੇ ਉਹ ਸਾਨੂੰ ਦਿਓ ਅਸੀਂ ਕੇਂਦਰ ਸਰਕਾਰ ਕੋਲੇ ਪਹੁੰਚਾ ਕਰਾਂਗੇ ਜਿਹੜੀ ਜਿਹੜੀ ਕੋ ਲੱਗ ਮੰਗਾ ਉਹ ਆਪੋ ਆਪਣੀ ਸਟੇਟ ਸਰਕਾਰਾਂ ਦੇ ਮਤਾਬਕ ਉਹ ਆਪੋ ਆਪਣੀਆਂ ਮੰਗਾ ਜੜੀਆਂ ਨੇ ਉਹ ਲਾ ਸਕਦੇ ਨੇ ਉਹਨਾਂ ਨੂੰ ਮੰਗ ਪੱਤਰ ਦੇ ਸਕਦੇ ਹਨ ਅੰਦੋਲਨ ਤਿੱਖਾ ਹੋਊਗਾ ਉਹਦਾ ਰੂਪ ਰੇਖਾ ਉਹਦੀ ਕੀ ਹੋਊਗੀ ਉਹ ਹਾਂ ਉਹਦੀ ਰੂਪ ਰੇਖਾ ਕੀ ਹੋਵੇਗੀ ਉਹ ਮੀਟਿੰਗ ਚ ਫਾਈਨਲ ਕਰਾਂਗੇ ਪਰ ਤਿੱਖਾ ਹੋ ਦੋਣ ਹੁਣ ਜਾ ਪਾਉ ਦੇ ਐਵੇਂ ਜਾ ਕੇ ਦਫਤਰ ਜਾ ਕੇ ਬਹਿ ਰਹੀ ਉੱਥੇ ਫਿਰ ਤਾਂ ਘੇਰ ਨਹੀਂ ਜਾਵਾਂਗੇ ਅਸੀਂ ਫਿਰ ਤਾਂ ਹੀ ਘੇਰ ਨਹੀਂ ਜਾਵਾਂਗੇ ਵੈਸੇ ਇਹ ਨਹੀਂ ਕਹਿਣ ਜਾਂਦੇ ਕਿ ਸਾਨੂੰ ਟਾਈਮ ਦੇ ਦੇ ਉਹਦਾ ਕੋਈ ਫਾਇਦਾ ਨਹੀਂ ਕੁੜਾਜਪੁਰੇ ਲਾਲਿਆ ਕੋਈ ਜਲੰਧਰ ਲਾਲਿਆ ਕੋ ਕਿਧਰ ਕਰ ਕੋਈ ਟੋਲ ਪਲਾਜੇ ਰੁਕਲੇ ਹਨਾ ਉਹ ਛੋਟੇ ਛੋਟੇ ਐਕਸ਼ਨ ਪਲਾਨ ਚੱਲਦੇ ਰਹੇ ਹੁਣ ਵੀ ਤਕਰੀਬਨ ਉਹੋ ਜੇ ਕੁਝ ਨਾ ਕੁਝ ਹੋ ਸਕਦਾ ਆਪਾਂ ਨੂੰ ਸ਼ੁਰੂਆਤ ਕਰਨ ਵਾਸਤੇ ਲੋਕਾਂ ਦੇ ਅੰਦਰ ਜੋਸ਼ ਭਰਨ ਵਾਸਤੇ ਇਦਾਂ ਦੇ ਕਈ ਪ੍ਰੋਗਰਾਮ ਹੋਣਗੇ ਫਿਰ ਪੂਰੇ ਗਰਮ ਕਰਕੇ ਫਿਰ ਸੱਟ ਮਾਰਾਂਗੇ ਜਾਂ ਕਿਸੇ ਨੇ ਕੋਈ ਇੱਕ ਬਿਆਨ ਲਾਤਾ ਬਈ ਇਹ ਤਾਂ ਆਰਐਸਐਸ ਦਾ ਉਜਨੇ ਕਹਤਾ ਵੀ ਇਹਦੇ ਕੋਲ ਤਾਂ ਪੈਸੇ ਬੜਿਆਏ ਆ ਉਹ ਅਸੀਂ ਟੋਟਲ ਲੋਕਾਂ ਦੇ ਕੋਲ ਕਲੀਅਰ ਕਰਨ ਦੇ ਵਿੱਚ ਕਾਮਯਾਬ ਆ ਤਾਂ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ ਔਰ ਤਿੰਨ ਦਿਨਾਂ ਦਾ ਇਹ ਪ੍ਰੋਗਰਾਮ ਸੀ ਇਸ ਤੋਂ ਅੱਗੇ ਰੂਪਰੇਖਾ ਕੀ ਰਹੂਗੀ ਕਿਉਂਕਿ ਕੁਝ ਘੰਟੇ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੀ ਮੀਟਿੰਗ ਵੀ ਹੁੰਦੀ ਹੈ ਹੁਣ ਇਸ ਵੇਲੇ ਸਟੇਜ ਦੀ ਕਾਰਵਾਈ ਤਾਂ ਖਤਮ ਹੋ ਗਈ ਹੈ ਪਰ ਪੂਰੀ ਜਾਣਕਾਰੀ ਲਵਾਂਗੇ ਮੇਰੇ ਨਾਲ ਬੂਟਾ ਸਿੰਘ ਸ਼ਾਦੀਪੁਰ ਸਾਹਿਬ ਨੇ ਸ਼ਾਦੀਪੁਰ ਸਾਹਿਬ ਮੀਟਿੰਗ ਹੋਈ ਹੈ ਕੁਝ ਘੰਟੇ ਪਹਿਲਾਂ ਕੀ ਕੀ ਫੈਸਲੇ ਆਏ ਨੇ ਜੀ ਮਤਲਬ ਅੰਦੋਲਨ ਲੰਬਾ ਚੱਲੂਗਾ ਜਾਂ ਕੱਲ ਨੂੰ ਸਮਾਪਤੀ ਕਰ ਰਹੇ ਆ ਵੇਖੋ ਉਹਦੇ ਵਿੱਚ ਆਇਆ ਵੀ ਸਮਾਪਤੀ ਵਾਲੀ ਤਾਂ ਜਦੋਂ ਕੱਲ ਨੂੰ ਰਾਜਪਾਲ ਨੂੰ ਮਿਲ ਕੇ ਆਵਾਂਗੇ ਉਦੋਂ ਬਾਅਦ ਫੈਸਲਾ ਹੋਊਗਾ ਕੀ ਹੁੰਦਾ ਸਾਰਿਆਂ ਦਾ ਜਿਹੜਾ ਸਾਡਾ ਐਸਕੇਮ ਹੈ ਉਹਨਾਂ ਦੀ ਮੀਟਿੰਗ ਦੇ ਵਿੱਚ ਹੋਊਗਾ ਕੱਲਾ ਕੁਝ ਨਹੀਂ ਕਹਿ ਸਕਦਾ ਕੋਈ ਪਰ ਇੰਨਾ ਵੀ ਰਾਜਪਾਲ ਵੱਲੋਂ ਸੱਦਾ ਆ ਗਿਆ ਭਈ ਅਸੀਂ ਤੁਸੀਂ ਆਓ ਤੇ ਤੁਹਾਡਾ ਜਿਹੜਾ ਮੰਗਾ ਦਾ ਚਾਟਰ ਤੁਹਾਡੇ ਕੋਲੇ ਉਹ ਸਾਨੂੰ ਦਿਓ ਅਸੀਂ ਕੇਂਦਰ ਸਰਕਾਰ ਕੋਲੇ ਪਹੁੰਚਾ ਕਰਾਂਗੇ ਤੁਸੀਂ ਮਤਲਬ ਮਤਲਬ ਮਸਲਾ ਇਹ ਸੀਗਾ ਕਿ ਇੱਕ ਮੰਗ ਪੱਤਰ ਬਣਾਓਗੇ ਔਰ ਗਵਰਨਰ ਸਾਹਿਬ ਨੂੰ ਦਿਓਗੇ ਗਵਰਨਰ ਸਾਹਿਬ ਉਹੀ ਮੰਗ ਪੱਤਰ ਕੇਂਦਰ ਸਰਕਾਰ ਤੱਕ ਵੀ ਪਹੁੰਚਾਉਣਗੇ ਔਰ ਪੰਜਾਬ ਸਰਕਾਰ ਤੇ ਵੀ ਦਬਾਅ ਬਣਾਉਣਗੇ ਕਿ ਭਾਈ ਇਹਨਾਂ ਦੀਆਂ ਮੰਗਾਂ ਦਾ ਹੱਲ ਕਰੋ ਕਿਸਾਨਾਂ ਦੀਆਂ ਮੰਗਾਂ ਦਾ ਤੁਹਾਨੂੰ ਕੀ ਲੱਗਦਾ ਇਹ ਇੰਨਾ ਕੁ ਠੀਕ ਰਹੂਗਾ ਜਾਇਦਾ ਅਸੀਂ ਅਸੀਂ ਤਾਂ ਹਰ ਇੱਕ ਨੂੰ ਕਹਿ ਰਹਿਣਾ ਪੰਜਾਬ ਸਰਕਾਰ ਬਾਰੇ ਤਾਂ ਆਪਾਂ ਹਰ ਇੱਕ ਨੂੰ ਕਹਿ ਰਹੇ ਆ ਫਿਰ ਜਿਹੜਾ ਕੇਂਦਰ ਸਰਕਾਰ ਨਾਲੀ ਉਹ ਇਹੀ ਬਣਾ ਕੇ ਤੁਰੇ ਸੀ ਵੀ ਇਹੀ ਰਾਜਪਾਲਾਂ ਨੂੰ ਸਾਰੇ ਹਿੰਦੁਸਤਾਨ ਦੇ ਅੰਦਰ ਕੱਲ ਦਾ ਦੇਣਾ ਜਿਹੜਾ ਇਹ ਰਾਜਪਾਲਾਂ ਨੂੰ ਮੰਗ ਪੱਤਰ ਦੇਣ ਦਾ ਹੀ ਹੈ ਕਲ ਨੂੰ ਰਾਜਪੱਲਾਂ ਨੂੰ ਮੰਗ ਪੱਤਰ ਦਾ ਦੇਣ ਦਾ ਹੀ ਪ੍ਰੋਗਰਾਮ ਹੈ ਜਿਹੜਾ ਤਿੰਨ ਦਿਨ ਦਾ ਰੱਖਿਆ ਹੋਇਆ ਸੀਗਾ ਬਾਕੀ ਉਹਦੇ ਵਿੱਚ ਇਹ ਫੈਸਲਾ ਹੋ ਗਿਆ ਸੀ ਵੀ ਜਿਹੜੇ-ਜਿਹੜੇ ਸੂਬੇ ਦੀ ਜਿਹੜੀ-ਜਿਹੜੀ ਕੋਈ ਅਲੱਗ ਮੰਗਾ ਹੈ ਉਹ ਆਪੋ ਆਪਣੀ ਸਟੇਟ ਸਰਕਾਰਾਂ ਦੇ ਮਤਾਬਕ ਉਹ ਆਪੋ ਆਪਣੀਆਂ ਮੰਗਾ ਜੜੀਆਂ ਨੇ ਉਹ ਲਾ ਸਕਦੇ ਨੇ ਉਹਨਾਂ ਨੂੰ ਮੰਗ ਪੱਤਰ ਦੇ ਸਕਦੇ ਨੇ ਮਤਲਬ ਜਿਹੜੀਆਂ ਸਟੇਟ ਮਤ ਦੀਆਂ ਮੰਗਾ ਹੋਣਗੀਆਂ ਉਹ ਆਪਣੇ ਮੰਗ ਪੱਤਰ ਦੇ ਵਿੱਚ ਐਡ ਕਰਕੇ ਦੇ ਸਕਦੇ ਉਹ ਉੱਥੋਂ ਆਂਦੀਆਂ ਜਿਹੜੇ ਜਸੇਬੰਦੀਆਂ ਨੇ ਉਹ ਅਲੱਗ ਕਰਕੇ ਉਹਨਾਂ ਆਪਣਾ ਅਲੱਗ ਕਰਕੇ ਤਿਆਰ ਚਾਟਰ ਜਿਹੜਾ ਹੈਗਾ ਉਹ ਦੇ ਸਕਦੇ ਨੇ ਉਹਦੇ ਮਤਾਬਕ ਕੀ ਹੈ ਸੀ ਪੰਜਾਬ ਸਰਕਾਰ ਨੂੰ ਰਾਤ भेज ਦਿੱਤਾ ਆਪਣਾ ਜੋ ਸਾਡਾ ਚਾਰਟਰ ਸੀਗਾ ਮੰਗਾ ਦਾ ਉਹ ਪੂਰੇ ਦਾ ਪੂਰਾ ਸੀ ਉਹਨਾਂ ਨੂੰ ਕੱਲ ਤਾਂ ਉਹਨ ਦੇ ਅਧਿਕਾਰੀ ਆਏ ਸੀ ਵੀ ਸਾਨੂੰ ਦੱਸੋ ਤੁਹਾਡੀ ਕੀ ਮੰਗਿਆ ਉਹ ਭੇਜ ਦਿੱਤਾ ਹੁਣ ਅਗਾ ਅਜੇ ਤੱਕ ਸਰਕਾਰ ਵੱਲੋਂ ਕੋਈ ਮੈਸੇਜ ਨਹੀਂ ਆਇਆ ਨਾ ਕੋਈ ਹਿਲਜੁਲ ਹੋਈ ਹੈ ਸਰਕਾਰ ਦੇ ਅੰਦਰ ਹੁਣ ਅਗਾ ਦੇਖਦੇ ਆ ਕੀ ਕਰਦੀ ਹੈ ਸਰਕਾਰ ਰਾਤ ਪਈ ਹੈ ਸਵੇਰੇ 11 ਵਜੇ ਉਧਰ ਜਾਣਾ 11 ਵਜੇ ਤੋਂ ਬਾਅਦ ਜਦੋਂ ਆਵਾਂਗੇ ਅਗਰ ਜੇਕਰ ਉਸ ਤੋਂ ਉਸ ਟਾਈਮ ਤੱਕ ਵੀ ਸਰਕਾਰ ਹਿਲਜੁਲ ਕੋਈ ਨਹੀਂ ਕਰਦੀ ਫਿਰ ਅਗਲਾ ਫੈਸਲਾ ਸੀ ਆਪਣੀ ਮੀਟਿੰਗ ਅਨਸਾਰ ਮੀਟਿੰਗ ਕਰਾਂਗੇ ਫਿਰ ਮੀਟਿੰਗ ਦੇ ਵਿੱਚ ਰੱਖਾਂਗੇ ਜੇ ਸਰਕਾਰ ਪੰਜਾਬ ਦੀ ਸਰਕਾਰ ਨਹੀਂ ਬੁਲਾਉਂਦੀ ਗੱਲਬਾਤ ਵਾਸਤੇ ਤਾਂ ਕੀ ਮੰਨਿਆ ਜਾਵੇ ਅੰਦੋਲਨ ਫਿਰ ਇੱਥੇ ਪੱਕਾ ਹੋ ਸਕਦਾ ਦਿੱਲੀ ਵਰਗਾ ਨਹੀਂ ਅੰਦੋਲਨ ਤਿੱਖਾ ਹੋਊਗਾ ਉਹਦਾ ਰੂਪਰੇਖਾ ਉਹਦੀ ਕੀ ਹੋਊਗੀ ਉਹ ਵਿੱਚ ਹਾਂ ਉਹਦੀ ਰੂਪਰੇਖਾ ਕੀ ਹੋਵੇਗੀ ਉਹ ਮੀਟਿੰਗ ਜੀ ਫਾਈਨਲ ਕਰਾਂਗੇ ਪਰ ਤਿੱਖਾ ਡਾਊਨ ਹੋਊਗਾ ਅੱਛਾ ਚਾਦੀਪੁਰ ਸਾਹਿਬ ਸੌਖਾ ਕਿੰਨਾ ਕੁ ਲੱਗਦਾ ਹੈ ਕਿਉਂਕਿ ਪਹਿਲਾਂ ਕੇਂਦਰ ਸਰਕਾਰ ਨਾਲ ਜਦੋਂ ਲੜਾਈ ਸੀ ਵੱਡੀ ਲੜਾਈ ਸੀ ਉਹ ਅੰਦੋਲਨ ਵੀ ਵੱਡਾ ਹੋਇਆ ਹੁਣ ਮੰਗਾ ਜਿਹੜੀਆਂ ਨੇ ਉਹ ਪੰਜਾਬ ਸਰਕਾਰ ਦੀਆਂ ਵੀ ਵਿੱਚ ਐਡ ਹੋ ਗਈਆਂ ਮੁਆਵਜ਼ੇ ਵਰਗੀਆਂ ਗੱਲਾਂ ਹੈਗੀਆਂ ਹੋਰ तमाम ਜਿਹੜੀਆਂ ਮੰਗਾ ਸੀਗੀਆਂ ਉਹਦੇ ਵਿੱਚ ਐਡ ਹੋ ਗਈਆਂ ਹੁਣ ਦੋ ਸਰਕਾਰਾਂ ਨਾਲ ਲੜਾਈ ਆ ਇਹ ਅੰਦੋਲਨ ਦਿੱਲੀ ਵਰਗਾ ਅੰਦੋਲਨ ਹੋਊਗਾ ਜੇ ਇਹ ਤੋਂ ਵੱਡਾ ਕੁਝ ਪ੍ਰੋਗਰਾਮ ਕਰਨਾ ਪਊਗਾ ਸਰਕਾਰ ਮੰਨੂ ਕਿਵੇਂ ਵੇਖੋ ਅੰਦੋਲਨਾਂ ਦੇ ਅੱਗੇ ਸਰਕਾਰਾਂ ਝੁਕਦੀਆਂ ਨੇ ਅਸੀਂ ਗੱਲ ਨਹੀਂ ਕੋਈ ਵੀ ਅੰਦੋਲਨਾਂ ਦੇ ਅੱਗੇ ਸਰਕਾਰਾਂ ਝੁਕਦੀਆਂ ਨੇ ਉਹ ਅਸੀਂ ਮੀਟਿੰਗਾਂ 'ਚ ਹੀ ਫਾਈਨਲ ਕਰਾਂਗੇ ਕਿ ਕਿਹੜੀ ਸਰਕਾਰ ਦੇ ਨਾਲ ਪਹਿਲਾਂ ਕਰਨਾ ਪ੍ਰੋਗਰਾਮ ਸੈੱਟ ਤੇ ਕਿਹੜੀ ਸਰਕਾਰ ਨੂੰ ਪਹਿਲਾਂ ਨਵਾਉਣਾ ਤੇ ਫਿਰ ਦੂਜੇ ਬਣੇ ਹੋਣਾ ਉਹ ਮੀਟਿੰਗਾਂ ਦੇ ਵਿੱਚ ਹੀ ਸਾਡਾ ਫਾਈਨਲ ਹੋਊਗਾ ਫਿਰ ਦੇਖਾਂਗੇ ਜੋ ਬਣੇਗਾ ਉਦੇ ਮੁਤਾਬਕ ਹੀ ਚੱਲਿਆ ਜਾਊਗਾ ਕੱਲਾ ਪੂਰੇ ਕਰ ਰਹੇ ਹਾਂ ਆਪਦੇ ਲੀਡਰ ਪੂਰੇ ਕਰ ਰਹੇ ਹਾਂ ਜਿਹੜੀਆਂ ਬਾਕੀ ਜਥੇਬੰਦੀਆਂ ਬਾਹਰ ਬੈਠੀਆਂ ਨੇ ਉਹਨਾਂ ਨੂੰ ਬੁਲਾ ਰਹੇ ਹਾਂ ਕਿ ਇਹ ਐਸਕੇਮ ਇੰਨਾ ਹੀ ਰਹੂਗਾ ਜਿਨੀ ਹੋਣਾ ਟੋਟਲ ਜਥੇਬੰਦੀ ਆ ਗਿਆ ਜੀ ਟੋਟਲ ਆ ਗਿਆ ਥੋੜੀਆਂ ਜੀਆਂ ਜਥੇਬੰਦੀਆਂ ਛੱਡ ਕੇ ਸਾਰੀਆਂ ਦੀਆਂ ਸਾਰੀਆਂ ਜਥੇਬੰਦੀਆਂ ਇਸ ਨਹੀਂ ਉਹਨਾਂ ਨਾਲ ਮੇਰੀ ਡਿਊਟੀ ਸੀ ਉਹਨਾਂ ਨਾਲ ਜਾਣਦੀ ਸੀ ਪਾਰਟੀ ਬਣੀ ਤੁਸੀਂ ਕਮੇਟੀ ਦੇ ਮੈਂਬਰ ਹੋ ਉਸਦੇ ਹਾਂ ਜਿਹੜੀਆਂ 5-5 ਮੈਂਬਰੀ ਕਮੇਟੀਆਂ ਬਣੀਆਂ ਸੀ ਜਿਹੜੀ ਢੱਲੇਵਾਲ ਨਾਲ ਜਾਣੀ ਉਹ ਮੇਰੀ ਜ਼ਿੰਮੇਵਾਰੀ ਸੀ ਕਿ ਤੁਸੀਂ ਉਹਨਾਂ ਨਾਲ ਗੱਲ ਕਰਨਾ ਤੁਸੀਂ ਸਮਝਾ ਲੈਣਾ ਮੇਰੀ ਉਹਨਾਂ ਨਾਲ ਦ ਗੱਲ ਹੋਈ ਉਹਨਾਂ ਦੀਆਂ ਵੀ ਮੀਟਿੰਗਾਂ ਸੀ ਕੋਈ ਸੀਜ਼ਨ ਚੱਲਦਾ ਸੀ ਸਾਡਾ ਆਪਸੀ ਟਾਈਮ ਐਡਜਸਟ ਨਹੀਂ ਹੋ ਸਕਿਆ ਮਿਲਣ ਦਾ ਫੋਨ ਤੇ ਗੱਲਬਾਤ ਹੋਈ ਆ ਹੁਣ ਆਪਾਂ ਫ੍ਰੀ ਹੋ ਜਾਣਾ ਇਧਰ ਇੱਕ ਵਾਰ ਅਗਰ ਇਧਰ ਫ੍ਰੀ ਹੋ ਕੇ ਫਿਰ ਮੈਂ ਉਹਨਾਂ ਨਾਲ ਵੀ ਗੱਲ ਕਰ ਲੂੰਗਾ ਕਰਕੇ ਸੀ ਪੰਜੇ ਜਿਹੜੇ ਬੰਦੇ ਸਾਡੀ ਟੀਮ ਬਣੀ ਹੋਈ ਆ ਉਹਨਾਂ ਨਾਲ ਸਮਝਾ ਕੇ ਬਿਝਾ ਕੇ ਜਿੱਦਾਂ ਵੀ ਹੈਗਾ ਜਿਹੜੇ ਸ਼ਿਕਵੇ ਨੇ ਇੱਕ ਦੂਜੇ ਪ੍ਰਤੀ ਉਹ ਦੂਰ ਕਰਕੇ ਸਾਰੀਆਂ ਦੀਆਂ ਸਾਰੀਆਂ ਜਿਹੜਾ ਅੰਦੋਲਨ ਚੱਲਣਾ ਹੁਣ ਮੰਗਾ ਵਾਸਤੇ ਚਾਹੇ ਉਹ ਪੰਜਾਬ ਸਰਕਾਰ ਨਾਲ ਹੋਵੇ ਚਾਹੇ ਕੇਂਦਰ ਸਰਕਾਰ ਨਾਲ ਹੋਵੇ ਤੁਹਾਨੂੰ ਇੱਕ ਮੰਚ ਦੇ ਉੱਤੇ ਸਾਰੇ ਨਜ਼ਰ ਆਉਣਗੇ ਅੱਛਾ ਸ਼ਾਦੀਪੁਰ ਸਾਹਿਬ ਹੁਣ ਕੱਲ ਨੂੰ ਮੰਗ ਪੱਤਰ ਤਾਂ ਦੇ ਦਿੱਤਾ ਜਾਊਗਾ ਹੁਣ ਇਸ ਤੋਂ ਅਗਲੀ ਰਣਨੀਤੀ ਜਿਹੜੀ ਗੱਲ ਮੈਂ ਸਮਝਣੀ ਚਾਹੁੰਨਾ ਉਹ ਇਹ ਸਮਝਣੀ ਚਾਹੁੰਨਾ ਹੈ ਕਿ ਜਿਸ ਤਰ੍ਹਾਂ ਦਾ ਅੰਦੋਲਨ ਦਿੱਲੀ ਹੋਇਆ ਉਦੋਂ ਸ਼ੁਰੂਆਤ ਹੁੰਦੀ ਹੈ ਟੋਲ ਪਲਾਜ਼ਿਆਂ ਤੋਂ ਟੋਲ ਪਲਾਜ਼ਿਆਂ ਤੇ ਮੋਰਚੇ ਸ਼ੁਰੂ ਹੁੰਦੇ ਆ ਫਿਰ ਦਿੱਲੀ ਵੱਲ ਨੂੰ ਮਾਰਚ ਕੀਤਾ ਜਾਂਦਾ ਹੈ ਦਿੱਲੀ ਵੱਡਾ ਅੰਦੋਲਨ ਚੱਲਦਾ ਸਵਾ ਸਾਲ ਅੰਦੋਲਨ ਚੱਲਦਾ ਹੈ ਹੁਣ ਇਹ ਸਭ ਦੇ ਵਿਚਾਰੇ ਇਸ ਅੰਦੋਲਨ ਨੂੰ ਲੋਕ ਕਿਵੇਂ ਸਮਝਣ ਕਿ ਇਹ ਅੰਦੋਲਨ ਕਿਸ ਤਰ੍ਹਾਂ ਦਾ ਹੋਊਗਾ ਕੀ ਇੰਨੀ ਲੜਾਈ ਦੇ ਨਾਲ ਐਮਐਸਪੀ ਵਰਗੀਆਂ ਮੰਗਾ ਲਖੀਮਪੂਰੀ ਖੀਰੀ ਵਰਗਾ ਮਾਮਲਾ ਪੰਜਾਬ ਦੀਆਂ ਮੰਗਾ ਇਹ ਮੰਨਿਆ ਜਾ ਸਕਦੀਆਂ ਨਹੀਂ ਵੇਖੋ ਜਦੋਂ ਦਿੱਲੀ ਵਾਲਾ ਮੋਰਚਾ ਚੱਲਿਆ ਸੀ ਨਾ ਉਦੋਂ ਵੀ ਛੋਟੇ-ਛੋਟੇ ਐਕਸ਼ਨ ਪ੍ਰੋਗਰਾਮ ਸੀਗੇ ਸਾਰੇ ਛੋਟੇ-ਛੋਟੇ ਆਪਾਂ ਕੀਤੇ ਸੀ ਕੋਈ ਰਾਜਪੁਰੇ ਲਾ ਲਿਆ ਕੋਈ ਜਲੰਧਰ ਲਾ ਲਿਆ ਕੋਈ ਕਿਦਰ ਕਰ ਕੋਈ ਟੋਲ ਪਲਾਜ਼ੇ ਰੋਕ ਲੇ ਹਨਾ ਉਹ ਛੋਟੇ-ਛੋਟੇ ਐਕਸ਼ਨ ਪਲਾਨ ਚੱਲਦੇ ਰਹੇ ਹੁਣ ਵੀ ਤਕਰੀਬਨ ਉਹੋ ਜਿਹਾ ਕੁਝ ਨਾ ਕੁਝ ਹੋ ਸਕਦਾ ਹੈ ਵੀ ਆਪਾਂ ਨੂੰ ਸ਼ੁਰੂਆਤ ਕਰਨ ਵਾਸਤੇ ਲੋਕਾਂ ਦੇ ਅੰਦਰ ਜੋਸ਼ ਭਰਨ ਵਾਸਤੇ ਇਦਾਂ ਦੇ ਕਈ ਪ੍ਰੋਗਰਾਮ ਹੋਣਗੇ ਫਿਰ ਪੂਰੇ ਗਰਮ ਕਰਕੇ ਫਿਰ ਸੱਟ ਮਾਰਾਂਗੇ ਜੀ ਆ अच्छा ਲੋਕ ਲੋਕਾਂ ਨੂੰ ਇਕੱਠਾ ਇਹ ਆਖਰੀ ਸਵਾਲ ਆ ਮੇਰਾ ਇਹ ਲੋਕ ਵੀ ਸਮਝਣਾ ਚਾਹਣਗੇ ਕਿਉਂਕਿ ਸਾਨੂੰ ਬਹੁਤ ਸਾਰੇ ਲੋਕ ਸੁਣ ਰਹੇ ਹੋਣਗੇ ਇਸ ਵੇਲੇ ਤੁਹਾਨੂੰ ਵੀ ਸੁਣ ਰਹੇ ਹੋਣਗੇ ਲੋਕਾਂ ਦਾ ਬਹੁਤ ਸਾਰਿਆਂ ਦਾ ਵਿਸ਼ਵਾਸ ਖਤਮ ਹੋ ਗਿਆ ਸੀ ਜਥੇਬੰਦੀਆਂ ਦੇ ਵਿੱਚੋਂ ਜਦੋਂ ਅੰਦੋਲਨ ਖਤਮ ਹੋਇਆ ਆ ਕੇ ਫੰਡਾਂ ਦੀਆਂ ਗੱਲਾਂ ਵੀ ਚੱਲੀਆਂ ਆ ਕੇ ਗੱਲਾਂ ਇਹ ਵੀ ਚੱਲੀਆਂ ਕਿਸੇ ਦੀ ਰੌ ਨਾਲ ਗੱਲ ਹੋ ਰਹੀ ਹੈ ਜੀ ਕਿਸੇ ਦੀ ਕਿਸੇ ਨਾਲ ਗੱਲ ਹੋ ਰਹੀ ਹੈ ਜੀ ਅੱਡੋ ਅੱਡ ਚੈਨਲ ਆਪੋ ਆਪਣੇ ਜਥੇਬੰਦੀਆਂ ਨੇ ਵੀ ਖੋਲ ਲਏ ਉਹਨਾਂ ਚੈਨਲਾਂ ਦੀ ਜਾਣਕਾਰੀ ਸਾਰਿਆਂ ਨੂੰ ਨਹੀਂ ਦੇਣੀ ਅਧਿਆਨ ਮੀਟਿੰਗ ਕਰ ਲੈਣੀ ਅਧਿਆਨੇ ਨਹੀਂ ਕਰਨੀ ਵਿਸ਼ਵਾਸ ਗਵਾਚਿਆ ਨਹੀਂ ਲੱਗਦਾ ਲੋਕ ਲੋਕ ਵਿਸ਼ਵਾਸ ਚ ਕਿਵੇਂ ਆਉਣਗੇ ਨਹੀਂ ਵੇਖੋ ਗੱਲ ਪਤਾ ਕੀ ਹੈ ਵਿਸ਼ਵਾਸ ਗਵਾਚਿਆ ਨਹੀਂ ਜਿਹੜਾ ਐਡਾ ਵੱਡਾ ਇਕੱਠ ਹੁੰਦਾ ਹੈ ਰ ਉਹਦੇ ਵਿੱਚ ਕਈ ਵਾਰਾ ਦਰਾੜਾਂ ਹੁੰਦੀਆਂ ਰਹਿੰਦੀਆਂ ਨੇ ਜਦੋਂ ਜਿੱਤ ਕੇ ਆਗੇ ਸਵਾ ਸਾਲ ਇਕੱਠੇ ਰਹੇ ਉਹ ਇਕੱਠੇ ਰਹਿਣ ਦੇ ਵਿੱਚ ਕਈ ਵਾਰਾਂ ਕਈ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਉਹ ਹੋਈਆਂ ਔਰ ਇੱਥੇ ਆ ਕੇ ਕਿਸੇ ਨੇ ਕੋਈ ਇੱਕ ਬਿਆਨ ਲਾਤਾ ਬਈ ਇਹ ਤਾਂ ਆਰਐਸਐਸ ਦਾ ਦੂਜੇ ਨੇ ਕਹਿੰਦਾ ਵੀ ਇਹਦੇ ਕੋਲ ਤਾਂ ਪੈਸੇ ਬੜਿਆਏ ਆ ਉਹ ਅਸੀਂ ਟੋਟਲ ਲੋਕਾਂ ਦੇ ਕੋਲ ਕਲੀਅਰ ਕਰਨ ਦੇ ਵਿੱਚ ਕਾਮਯਾਬ ਆ ਸਲਖੀ ਵਾਲੇ ਬਿਆਨ ਪਏ ਨੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਮੈਂ ਉਹੀ ਕਹਿੰਨਾ ਕਿ ਲੋਕ ਤਾਂ ਵਾਰ-ਵਾਰ ਉਹਨੂੰ ਸੁਣਦੇ ਆ ਨਾ ਅਸੀਂ ਉਹ ਅਸੀਂ ਉਹ ਲੋਕਾਂ ਦੇ ਵਿੱਚ ਕਲੀਅਰ ਕਰਨ ਚ ਕਾਮਯਾਬ ਆ ਕਾਮਜਬ ਹੋਇਆ ਸੀ ਵੀ ਸਾਡੇ ਕੋਲ ਆਇਆ ਕੀ ਅਸੀਂ ਲਾਇਆ ਕੀ ਤੇ ਤੁਹਾਡਾ ਪੈਸਾ ਜਿਹੜਾ ਉਹ ਸੇਫ ਪਿਆ ਕਿਥੇ ਆ ਜੋ ਬਚਿਆ 1 ਰੁਪਇਆ ਵੀ ਕਿਸੇ ਨੇ ਨਹੀਂ ਖਾਦਾ ਉਹਦਾ ਦੇਨਦਾਰ ਹੋਊਗਾ ਜੀ ਕਹੂਗਾ ਅਸੀਂ ਇਹ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਣ ਚ ਕਾਮਜਬ ਹੋਇਆ ਚਲੋ ਇਸੇ ਗੱਲ ਨੂੰ ਆਪਾਂ ਆਖਰੀ ਸਵਾਲ ਤੱਕ ਲੈ ਕੇ ਜਾਂਦੇ ਹਾਂ ਕਿ ਚਲੋ ਪੈਸੇ ਵਾਲੀ ਗੱਲ ਤਾਂ ਹੋ ਗਈ ਬਹੁਤ ਸਾਰੀਆਂ ਜਥੇਬੰਦੀਆਂ ਦੇ ਲੀਡਰ ਨੇ ਕਿਹਾ ਵੀ ਕਿ ਮੇਰੇ ਕੋਲੇ ਇੰਨਾ ਪੈਸਾ ਪਿਆ ਇਹ ਮੈਂ ਐਸਕੇਮ ਨੂੰ ਦੇਣ ਦੇਣਦਾਰ ਹੈਗਾ ਅਮਾਨਤ ਪਈ ਹੈ ਬਹੁਤ ਸਾਰੇ ਲੀਡਰਾਂ ਨੇ ਕਿਹਾ ਪਰ ਗੱਲ ਗੱਲ ਜਿਹੜੀ ਹੈਗੀ ਆ ਕਿ ਲੋਕ ਉਸ ਤੋਂ ਬਾਅਦ ਬਹੁਤ ਕੁਝ ਹੋਇਆ ਬਹੁਤ ਸਾਰੀਆਂ ਸੜਕਾਂ ਰੋਕੀਆਂ ਗਈਆਂ ਸੜਕਾਂ ਤੇ ਬਹੁਤ ਸਾਰੇ ਲੋਕਾਂ ਨੂੰ ਇੰਤਜ਼ਾਰ ਕਰਨਾ ਪਿਆ ਮੇਰੇ ਆਪਣੇ ਜਾਣਕਾਰ ਹੈਗੇ ਨੇ ਦੋਸਤ ਮੇਰੇ ਉਹਨਾਂ ਦੀ ਮਿਸੇਜ ਬਿਮਾਰ ਹੁੰਦੀ ਹੈ ਉਹਨਾਂ ਨੂੰ ਉੱਥੋਂ ਲੰਘਣ ਨਹੀਂ ਦਿੱਤਾ ਜਾਂਦਾ ਉਹਨਾਂ ਉਹਨਾਂ ਦੀ ਮੌਤ ਤੱਕ ਹੋ ਜਾਂਦੀ ਹੈ ਉਹ ਲੋਕਾਂ ਲੋਕਾਂ ਉਹ ਲੋਕ ਟੁੱਟੇ ਨੇ ਜਿਹੜੇ ਕਿਸਾਨ ਨਹੀਂ ਵੀ ਹੈਗੇ ਦੁਕਾਨਦਾਰ ਨੇ ਵਪਾਰੀ ਨੇ ਉਹ ਟੁੱਟੇ ਨੇ ਕਿਸਾਨ ਮੋਰਚੇ ਨਾਲੋਂ ਉਹ ਇਹ ਨਹੀਂ ਲੱਗਦਾ ਕਿ ਇੱਕ ਘਾਟਾ ਹੈਗਾ ਇੱਕ ਦਿਨ ਧਰਨਾ ਚੱਲ ਰਿਹਾ ਸੀ ਕਿਤੇ ਹਾਈਵੇ ਦੇ ਉੱਤੇ ਉਮੈ ਵੀ ਖੁਦ ਲਿਖ ਕੇ ਉਹਦੇ ਵਿੱਚ ਪਾਇਆ ਸੀ ਕਿਉਂਕਿ ਕਈ ਬੰਦੇ ਬੋਲ ਰੈਸ਼ੋ ਦੇ ਉੱਤੇ ਵੀ ਯਾਰਾ ਗਲਤ ਹੋ ਰਿਹਾ ਮੈਂ ਆ ਆਪਣਾ 에어ਪੋਰਟ ਤੇ ਜਾਣਾ ਮੈਂ ਹਸਪੀਟਲ ਜਾਣਾ ਮੈਂ ਜਾਣਾ ਮੈਂ ਵੀ ਲਿਖਿਆ ਕਿ ਉਹਦੇ ਵਿੱਚ ਵੀ ਸਾਨੂੰ ਹਰ ਗੱਲ ਦੇ ਉੱਤੇ ਹਾਈਵੇ ਜਮ ਨਹੀਂ ਕਰਦੇ ਨੇ ਚਾਹੀਦੇ ਸੜਕਾਂ ਨਹੀਂ ਰੋਕਣੀਆਂ ਚਾਹੀਦੀਆਂ ਉਹਦੇ ਵਾਸਤੇ ਪਹਿਲਾਂ ਕੋਈ ਪਲਾਨ ਹੋਵੇ ਤੁਹਾਡਾ ਸਾਨੂੰ ਸਰਕਾਰ ਨੇ ਮਜਬੂਰ ਕਰ ਦਿੱਤਾ ਸਾਨੂੰ ਸਰਕਾਰ ਨੇ ਧੱਕ ਕੇ ਬਾੜ ਹੀ ਉਸ ਪਾਸੇ ਦਿੱਤਾ ਵੀ ਇਹ ਧਰਨੇ ਤੋਂ ਬਗੈਰ ਗੱਡੀ ਨਹੀਂ ਚੱਲਦੀ ਔਰ ਲੋਕਾਂ ਨੂੰ ਵੀ ਪਤਾ ਲੱਗ ਜਾਏ ਉਹਦਾ ਸਮਾਂ ਦੇਣਾ ਚਾਹੀਦਾ ਹੈ ਹਰ ਬੰਦਾ ਆਪਣਾ ਪਹਿਲਾ ਸਿਸਟਮ ਉਹ ਤਿਆਰ ਕਰ ਲਵੇ ਵੀ ਉਧਰ ਧਰਨਾ ਕੱਲ ਨੂੰ ਲੱਗਣਾ ਮੈਂ ਉਧਰ ਨੂੰ ਨਹੀਂ ਲੱਗਣਾ ਇਹ ਲੋਕਾਂ ਦਾ ਗੱਲ ਪਹੁੰਚੀ ਹੋਣੀ ਚਾਹੀਦੀ ਏ ਤੇ ਜਦੋਂ ਸਿਰੋਪ ਪਾਣੀ ਲੰਘ ਜਾਏ ਉਦੋਂ ਧਰਨਾ ਲੱਗਣਾ ਚਾਹੀਦਾ ਹੈ ਆਮ ਤਰਨੇ ਨਹੀਂ ਲੱਗਣੇ ਚਾਹੀਦੇ ਮੈਂ ਅੱਜ ਵੀ ਇਸ ਗੱਲ ਦੇ ਵਿਰੋਧ ਚ ਪਰ ਜਦੋਂ ਸਿਰੋਪਾਣੀ ਲੰਘ ਗਿਆ ਹੁਣ ਸਾਡੇ ਸਿਰੋਪਾਣੀ ਲੰਘ ਗਿਆ ਹੁਣੇ ਲਾ ਤੇ ਧਰਨੇ ਹੁਣ ਲੱਗ ਰਹੇ ਇਹਨਾਂ ਨੇ ਧਰਨੇ ਉਹ ਚੱਲ ਰਿਹਾ ਪ੍ਰੋਗਰਾਮ ਠੀਕ ਹੈ ਸਰਕਾਰ ਨੂੰ ਮਨਾ ਕੇ ਜਾਵਾਂਗੇ ਇਹ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਵੀਨੀ ਭਰੋਸਾ ਕਰ ਰਹੇ ਉਹ ਪਹਿਲਾਂ ਤਾਂ ਤਸਵੀਰਾਂ ਬਹੁਤ ਸਾਰੀਆਂ ਵਾਇਰਲ ਹੁੰਦੀਆਂ ਰਹੀਆਂ ਜਦੋਂ ਸੱਤਾ ਤੇ ਨਹੀਂ ਸੀ ਉਦੋਂ ਕਿਸਾਨਾਂ ਦੇ ਮੋਰਚਿਆਂ 'ਚ ਬੈਠੇ ਹੋਏ ਨਜ਼ਰ ਆਉਂਦੇ ਰਹੇ ਧਰਨੇ 'ਚ ਬੈਠੇ ਪਰ ਪਿੱਛੇ ਜੀ ਉਹਨਾਂ ਨੇ ਟਵੀਟ ਕੀਤਾ ਕਿ ਅਜਿਹਾ ਕਰਨ ਨਾਲ ਸੜਕਾਂ ਰੋਕਣ ਦੇ ਨਾਲ ਲੋਕ ਤੁਹਾਡੇ ਨਾਲ ਟੁੱਟ ਜਾਣਗੇ ਹੌਸ ਹੀ ਹੁੰਦਾ ਤੁਸੀਂ ਮੈਨੂੰ ਜਦੋਂ ਮਰਜ਼ੀ ਮਿਲ ਸਕਦੇ ਹੋ ਮੇਰਾ ਟਾਈਮ ਲੈ ਸਕਦੇ ਹੋ ਆ ਕੇ ਗੱਲ ਕਰੋ ਕਹਿੰਦੇ ਧਰਨੇ ਲਾਉਣਾ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਕਿਸੇ ਦੇ ਬੁਲਾਇਆਂ ਤੋਂ ਬਗੈਰ ਕਰ ਤੁਰਜੀ ਦਾ ਕਿਸੇ ਦੇ ਤੁਸੀਂ ਦੱਸੋਗੇ ਤੁਰਜੀ ਦਾ ਨਹੀਂ ਤੁਸੀਂ ਦੱਸੋ ਵੀ ਤੁਰਜੀ ਦਾ ਉਹ ਕਹਿ ਰਹੇ ਨੇ ਕਿ ਮੇਰੇ ਨਾਲ ਗੱਲ ਕਰੋ ਮੇਰੇ ਤੱਕ ਮੈਸੇਜ ਪਹੁੰਚਾਓ ਸਾਡੇ ਨਾਲ ਗੱਲ ਕਰੋ ਵੇਖੋ ਗੱਲ ਸੁਣੋ ਅਸੀਂ ਬੈਠੇ ਆ ਨਾ ਆ ਕੇ ਉਹਦੀਆਂ ਬਰੂਹਾਂ ਤੇ ਬੈਠੇ ਹੋਏ ਆ ਉਹਦਾ ਘਰ ਘੇਰਿਆ ਸੀ ਆ ਘਰ ਰਿਹਾ ਉਹਦਾ ਅਸੀਂ ਘਰ ਉਹਦਾ ਘੇਰੀ ਬੈਠਿਆ ਉਹਦਾ ਫਰਜ ਹੈ ਸਾਨੂੰ ਮੈਸੇਜ ਭੇਜੇ ਆਪਣੇ ਅਧਿਕਾਰੀ ਭੇਜੇ ਜਾਂ ਪ੍ਰੈਸ਼ਰਾਂ ਹੀ ਕਰੇ ਜਾਂ ਸਾਡੇ ਕਿਸੇ ਬੰਦੇ ਨਾਲ ਗੱਲ ਕਰੇ ਗੱਲ ਕਰਕੇ ਆਖੇ ਵੀ ਤੁਹਾਨੂੰ ਆ ਸਮਾਂ ਦੇਣਾ ਆਓ ਆਪਣੀ ਗੱਲਾਂ ਕਰੋ ਹੁਣ ਜੇ ਆਪਾਂ ਉਹਦੇ ਐਵੇਂ ਜਾ ਕੇ ਦਫਤਰ ਜਾ ਕੇ ਬਹਿ ਰਹੀ ਉੱਥੇ ਫਿਰ ਤਾਂ ਘੇਰ ਨਹੀਂ ਜਾਵਾਂਗੇ ਅਸੀਂ ਫਿਰ ਤਾਂ ਇਹ ਘੇਰ ਨਹੀਂ ਜਾਵਾਂਗੇ ਵੈਸੇ ਇਹ ਨਹੀਂ ਕਹਿਣ ਜਾਂਦੇ ਕਿ ਸਾਨੂੰ ਟਾਈਮ ਦੇ ਦੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਮੰਗ ਕੇ ਕਿਉਂ ਲਈਏ ਟਾਈਮ ਉਹਦੇ ਕੋਲ ਅਸੀਂ ਤਾਂ ਕਹਿ ਰਹੇ ਆ ਸਾਡੇ ਨਾਲ ਗੱਲ ਕਰ ਆ ਕੇ ਆਊਗਾ ਜੀ ਆਊਗਾ ਟਿਕਾਣੇ ਤੇ ਆਊਗਾ ਜੇ મોદી ਆ ਸਕਦਾ ਤੇ ਇਹ ਵੀ ਆਊਗਾ ਆਉਣਗੇ ਸਾਰੇ ਉਨੇ ਹਰਾਕਾ ਹੌਸਲਾ ਭਲੇ ਦੇਣਾ ਆਉਣਗੇ ਪਰ ਸਮਾਂ ਥੋੜਾ ਆਉਣਗੇ ਜੀ ਤਾਂ ਇਹ ਸਨ ਬੂਟਾ ਸਿੰਘ ਸ਼ਾਦੀਪੁਰ ਸਿੱਧੇ ਤੌਰ ਤੇ ਮੋਰਚਾ ਜਿਹੜਾ ਚੱਲ ਰਿਹਾ ਔਰ ਇੱਕ ਦਿਨ ਕੱਲ ਦਾ ਦਿਨ ਜਿਹੜਾ ਇਹ ਮੋਰਚਾ ਹੋਰ ਚੱਲੂਗਾ ਕਿਉਂਕਿ ਉਹ ਕਹਿੰਦੇ ਨੇ ਕਿ ਗਵਰਨਰ ਨੂੰ ਮੰਗ ਪੱਤਰ ਦੇਣ ਜਾਣਾ ਹੈ ਗਵਰਨਰ ਸਾਹਿਬ ਦੇ ਮੰਗ ਪੱਤਰ ਲੈਣ ਤੋਂ ਬਾਅਦ ਇਹ ਡਿਸਾਈਡ ਹੋਏਗਾ ਕਿ ਮੋਰਚਾ ਅੱਗੇ ਚੱਲੇਗਾ ਜਾਂ ਇਹਦੀ ਰੂਪਰੇਖਾ ਬਦਲੀ ਜਾਏਗੀ ਨਾਲ ਹੀ ਉਹਨਾਂ ਕਿਹਾ ਕਿ ਬਹੁਤ ਜਲਦੀ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਵਾਰ ਫੇਰ ਤੋਂ ਇੱਕ ਪਲੇਟਫਾਰਮ ਤੇ ਹੋਣਗੀਆਂ ਔਰ ਵੱਡਾ ਅੰਦੋਲਨ ਇੱਕ ਵਾਰ ਫੇਰ ਤੋਂ ਵਿੱਡਿਆ ਜਾ ਸਕਦਾ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹ ਹਰਦਾ ਅਨਮਿਊਟ ਮੋਹਾਲੀ